ਹਲਕਾ ਬੁਢਲਾਡਾ ਅਧੀਨ ਪੈਂਦੇ ਪਿੰਡ ਗੜੱਦੀ ਵਿਖੇ ਯੂਥ ਫੈਡਰੇਸ਼ਨ ਕਲੱਬ ਅਤੇ ਸਮੂਹ ਕਮੇਟੀ ਮੈਂਬਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਚੌਥਾ ਸ਼ਾਨਦਾਰ ਕਬੱਡੀ ਟੂਰਨਾਮੈਂਟ 24 ਅਤੇ 25 ਮਾਰਚ ਨੂੰ ਪਿੰਡ ਦੇ ਖੇਡ ਗਰਾਊਂਡ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਜਸਪਾਲ ਸਿੰਘ ਗੜੱਦੀ ਅਤੇ ਯੂਥ ਫੈਡਰੇਸ਼ਨ ਕਲੱਬ ਦੇ ਪ੍ਰਧਾਨ ਜੱਸੀ ਸਿੰਘ ਅਤੇ ਸਮੂਹ ਕਮੇਟੀ ਮੈਂਬਰਾਂ ਅਤੇ ਪਿੰਡ ਦੇ ਮੋਤਬਰਾਂ ਨੇ ਦੱਸਿਆ ਕਿ ਕਬੱਡੀ 90 ਕਿਲੋ ਦਾ ਪਹਿਲਾ ਇਨਾਮ 41,000 ਰੁਪਏ ਅਤੇ ਦੂਸਰਾ ਇਨਾਮ 31,000 ਰੁਪਏ ਅਤੇ ਕਬੱਡੀ 75 ਕਿਲੋ ਦਾ ਪਹਿਲਾ ਇਨਾਮ 18,000 ਅਤੇ ਦੂਜਾ ਇਨਾਮ 15,000 ਰੁਪਏ ਰੱਖਿਆ ਗਿਆ ਹੈ। ਇਸੇ ਤਰ੍ਹਾਂ ਕਬੱਡੀ 65 ਕਿਲੋ ਦਾ ਪਹਿਲਾ ਇਨਾਮ 8100 ਅਤੇ ਦੂਜਾ ਇਨਾਮ 6100 ਰੱਖਿਆ ਗਿਆ ਹੈ ਅਤੇ ਇਸੇ ਤਰ੍ਹਾਂ ਕਬੱਡੀ 42 ਕਿਲੋ ਦਾ ਪਹਿਲਾ ਇਨਾਮ 5100 ਅਤੇ ਦੂਜਾ ਇਨਾਮ 3100 ਰੁਪਏ ਰੱਖਿਆ ਗਿਆ ਹੈ। ਇਸ ਸੰਬੰਧੀ ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੈਸਟਾਂ ਨੂੰ ਕੂਲਰ, ਚਾਂਦੀ ਦੇ ਕੜੇ, ਪ੍ਰੈਸਾਂ, ਕੱਪ ਆਦਿ ਦੇ ਇਨਾਮ ਦਿੱਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਸਾਰੇ ਖੇਡ ਪ੍ਰੇਮੀਆਂ ਨੂੰ ਖੁੱਲ੍ਹਾ ਸੱਦਾ ਹੈ ਅਤੇ ਉਹਨਾਂ ਇਹ ਵੀ ਕਿਹਾ ਕਿ ਦੂਰੋਂ ਨੇੜਿਓਂ ਆਏ ਖਿਡਾਰੀਆਂ ਵਾਸਤੇ ਲੰਗਰ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ। ਮਾਨਸਾ ਤੋਂ ਬਿਕਰਮ ਵਿੱਕੀ ਦੀ ਲੋਕ ਭਲਾਈ ਦਾ ਸੁਨੇਹਾ ਟੀਵੀ ਲਈ ਖਾਸ ਰਿਪੋਰਟ। ਹਾਂਜੀ ਬਾਈ ਜੀ, ਪਹਿਲਾਂ ਤਾਂ ਮੇਰੇ ਵੱਲੋਂ, ਮੇਰੇ ਨਗਰ ਵੱਲੋਂ, ਸਾਰੇ ਜਿਹੜੇ ਵਿਅਕਤੀ ਨੇ ਸਾਡੇ ਮੋਹਤਵਾਰ ਨੇ ਉਹਨਾਂ ਵੱਲੋਂ ਸਾਰਿਆਂ ਨੂੰ ਫਤਿਹ ਅਰਜੇ, ਖੇਡ ਪ੍ਰੇਮੀਆਂ ਨੂੰ ਫਤਿਹ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਅੱਗੇ ਜੋ ਸਾਡਾ ਹੈ ਇਹ ਚੌਥਾ ਕਬੱਡੀ ਕੱਪ ਹੈ ਜੋ ਪਿੰਡ ਗੜੱਦੀ ਦੇ ਵਿੱਚ ਅਸੀਂ ਇਹ ਕਰਵਾ ਰਹੇ ਹਾਂ। ਇਹਦੇ ਵਿੱਚ ਓਪਨ ਦੀਆਂ ਜੋ ਟੀਮਾਂ ਨੇ 90 ਕਿਲੋ ਵਰਗ ਦੀਆਂ ਟੀਮਾਂ ਭਾਗ ਲੈ ਰਹੀਆਂ ਨੇ। ਅੱਗੇ ਦੇ ਵਿੱਚ 75 ਕਿਲੋ ਵਰਗ ਦੀਆਂ ਜੋ ਟੀਮਾਂ ਨੇ ਉਹ ਭਾਗ ਲੈ ਰਹੀਆਂ ਨੇ। ਅੱਗੇ ਹੈ 65 ਕਿਲੋ ਵਰਗ ਦੀਆਂ ਜੋ ਟੀਮਾਂ ਨੇ ਉਹ ਇਹਦੇ ਵਿੱਚ ਭਾਗ ਲੈ ਰਹੀਆਂ ਨੇ ਅਤੇ 42 ਕਿਲੋ ਵਰਗ ਦੀਆਂ ਟੀਮਾਂ ਭਾਗ ਲੈ ਰਹੀਆਂ ਨੇ। ਵਿਸਥਾਰ ਦੇ ਵਿੱਚ ਜਾਈਏ, ਓਪਨ ਦੀਆਂ ਜੋ 90 ਕਿਲੋ ਦੀਆਂ ਟੀਮਾਂ ਨੇ ਇਹਦੇ ਵਿੱਚ 3 ਖਿਡਾਰੀ ਬਾਹਰੋਂ ਨੇ, ਖੇਡ ਸਕਦੇ ਨੇ ਕੱਚੇ ਪੱਕੇ। 75 ਕਿਲੋ ਦੇ ਵਿੱਚ 2 ਖਿਡਾਰੀ ਕੱਚੇ ਪੱਕੇ ਬਾਹਰੋਂ ਖੇਡ ਸਕਦੇ ਨੇ, 65 ਦੇ ਵਿੱਚ ਵੀ 2 ਖਿਡਾਰੀ ਬਾਹਰੋਂ ਖੇਡ ਸਕਦੇ ਨੇ ਅਤੇ 42 ਕਿਲੋ ਹੈ ਜੋ ਬੱਚਿਆਂ ਦੀ ਗੇਮ ਹੈ ਉਹ ਨਰੋਲ ਇੱਕ ਪਿੰਡ ਦੀ ਖੇਡੀ ਜਾਣੀ ਹੈ। ਇਨਾਮ ਕੀ ਰੱਖਿਆ ਇਹਨਾਂ ਵਾਸਤੇ? ਇਨਾਮ ਇਹਨਾਂ ਦਾ ਹੈ ਜੋ 90 ਕਿਲੋ ਵਰਗ ਦਾ ਹੈ ਉਹ 44 ਅਤੇ 31 ਅਤੇ ਕਬੱਡੀ 75 ਕਿਲੋ ਦਾ ਹੈ 18 ਅਤੇ 15, ਕਬੱਡੀ 65 ਕਿਲੋ ਦਾ ਹੈ 81 ਅਤੇ 61, 42 ਕਿਲੋ ਦਾ 51 ਅਤੇ 3100। ਇਹ ਸਾਡੇ ਇਨਾਮ ਰੱਖੇ ਗਏ ਨੇ। ਵੈਸਟਾਂ ਵਾਸਤੇ 90 ਕਿਲੋ ਦੇ ਜੋ ਖਿਡਾਰੀ ਵੈਸਟ ਆਉਣੇ ਨੇ ਉਹਨਾਂ ਵਾਸਤੇ ਕੂਲਰ ਕਿੱਟਾਂ ਦਿੱਤੀਆਂ ਜਾਣੀਆਂ ਨੇ ਅਤੇ ਜੋ 75 ਕਿਲੋ ਦੇ ਵੈਸਟ ਖਿਡਾਰੀ ਕੱਢੇ ਜਾਣੇ ਨੇ ਉਹ ਉਹਨਾਂ ਵਾਸਤੇ ਚਾਂਦੀ ਦੇ ਜੋ ਕੜੇ ਨੇ ਉਹ ਦਿੱਤੇ ਜਾਣੇ ਨੇ। 65 ਕਿਲੋ ਵਰਗ ਦੇ ਜੋ ਖਿਡਾਰੀ ਹੋਣਗੇ ਵੈਸਟ ਉਹਨਾਂ ਵਾਸਤੇ ਪ੍ਰੈਸਾਂ ਅਤੇ 42 ਕਿਲੋ ਦੇ 2 ਕੱਪ ਨੇ ਉਹਨਾਂ ਖਿਡਾਰੀਆਂ। ਇਹ ਸਾਡੇ ਖਿਡਾਰੀਆਂ ਦੀ ਜੋ ਰੂਪ ਰੇਖਾ ਹੈ ਇਹ ਅਸੀਂ ਤਿਆਰ ਕੀਤੀ ਹੈ ਸਾਰੀ। ਇਹ ਸਾਡਾ ਪਿੰਡ ਗੜੱਦੀ ਚੀਮਿਆਂ ਤੋਂ 15 ਕਿਲੋਮੀਟਰ, ਬੁਢਲਾਡੇ ਤੋਂ 15 ਕਿਲੋਮੀਟਰ ਅਤੇ ਭੀਖੀ ਤੋਂ 10 ਕਿਲੋਮੀਟਰ ਦੇ ਇਹ ਦੂਰੀ 'ਤੇ ਇਹ ਸਥਿਤ ਹੈ। ਸਾਰੇ ਖੇਡ ਪ੍ਰੇਮੀਆਂ ਨੂੰ ਅਸੀਂ ਸਾਰੇ ਸਾਡੇ ਨਗਰ ਵੱਲੋਂ ਬੇਨਤੀ ਕਰਦੇ ਹਾਂ ਕਿ ਵੱਧ ਚੜ੍ਹ ਕੇ ਇਹਨਾਂ ਖੇਡਾਂ ਦੇ ਵਿੱਚ ਭਾਗ ਲਓ। ਡੇਟ ਦੱਸ ਦਿਓ ਕਿੱਥੇ ਕਰਾ ਰਹੇ ਹੋ? ਡੇਟ ਹੈਗੀ ਹੈ ਇਹ ਸਾਡੀ 24-25, 24 ਨੂੰ ਅਸੀਂ ਇਹ ਜਿਹੜਾ ਹੈਗਾ 42 ਕਿਲੋ ਵਰਗ ਦਾ ਅਤੇ 65 ਕਿਲੋ ਵਰਗ ਦੀਆਂ ਖੇਡਾਂ ਸਟਾਰਟ ਕਰ ਦਿਆਂਗੇ। ਬਾਹਰੋਂ ਟੀਮਾਂ ਆ ਰਹੀਆਂ ਨੇ, ਸੱਦਾ ਪੱਤਰ ਜਿੰਨਾ ਦਿੱਤਾ ਹੈ ਅਸੀਂ 15-16 ਟੀਮਾਂ ਨੂੰ ਸੱਦਾ ਪੱਤਰ ਵੀ ਦਿੱਤਾ ਹੈ, ਉਹ ਟੀਮਾਂ ਆ ਰਹੀਆਂ ਨੇ। ਬਾਕੀ ਸਾਰਿਆਂ ਨੂੰ ਸਾਡੇ ਵੱਲੋਂ, ਸਾਰੇ ਨਗਰ ਵੱਲੋਂ ਬੇਨਤੀ ਹੈ ਵੀ ਵੱਧ ਚੜ੍ਹ ਕੇ ਇਸ ਕੱਪ ਦੇ ਵਿੱਚ ਹਿੱਸਾ ਲਓ। ਲੋਕੇਸ਼ਨ ਦੱਸ ਦਿਓ ਹੁਣ ਅੱਗੇ ਤੁਸੀਂ ਜਗਤਾਰਜੀਆਂ ਤੋਂ ਇਹਦੇ ਬਾਰੇ ਜਾਣਕਾਰੀ ਜੋ ਹੈ ਜੀ। ਅਸੀਂ ਪਿੰਡ ਗੜੱਦੀ ਵੱਲੋਂ ਸਾਰੇ ਖੇਡ ਪ੍ਰੇਮੀਆਂ ਨੂੰ ਸੱਦਾ ਅਤੇ ਜੋ ਉਪਰਾਲਾ ਹੈ ਸਾਡੇ ਮੋਹਤਵਾਰ ਸੱਜਣਾਂ ਦਾ ਪੂਰਾ ਇਕਜੁੱਟ ਹੋ ਕੇ ਪਿੰਡ ਇਹ ਕਰਵਾ ਰਿਹਾ ਹੈ ਅਤੇ ਇਹ 23-24 ਮਾਰਚ ਨੂੰ 24-25 ਅਤੇ 24-25 ਮਾਰਚ ਨੂੰ ਅਸੀਂ ਕਰਵਾ ਰਹੇ ਹਾਂ। ਲੰਗਰ ਦਾ ਅਟੁੱਟ ਪ੍ਰਬੰਧ ਹੈ। ਬਾਕੀ ਸਾਡੀ ਬੇਨਤੀ ਹੈ ਜੋ ਸੰਸਥਾ ਜਾਂ ਖੇਡ ਪ੍ਰੇਮੀ ਜਾਂ ਸਰਕਾਰਾਂ ਨੂੰ ਵੀ ਜੇ ਅਸੀਂ ਇਸ ਗੱਲ ਕਣੀ ਧਿਆਨ ਦੇ ਦਾਂਗੇ ਜਵਾਨੀ ਅਤੇ ਕਿਸਾਨੀ ਵਾਲੇ ਪਾਸੇ ਤਾਂ ਇਹ ਮੰਨ ਲਓ ਪੰਜਾਬ ਬਚਾ ਲਾਂਗੇ। ਇਹਨਾਂ ਕਹਿੰਦੇ ਧੰਨਵਾਦ ਕਰਦੇ ਹਾਂ। ਬਾਕੀ ਸਾਡੇ ਸੱਜਣ ਖੜੇ ਨੇ ਦੱਸਣਗੇ। ਪੁੱਛੋ ਤੁਸੀਂ ਫੇਰੀ ਬੋਲੋ। ਕਬੱਡੀ ਕੱਪ ਕਰਾ ਰਹੇ ਮਾਲੇ, ਕੀ ਕਹੋਗੇ? ਕਬੱਡੀ ਬਈ ਕੱਪ ਆਪਣੇ ਪਿੰਡ ਯੂਥ ਫੈਡਰੇਸ਼ਨ ਕਲੱਬ ਕਰਾ ਰਿਹਾ ਬਈ। ਵਧੀਆ ਪਿੰਡ ਦਾ ਸਹਿਯੋਗ ਆ ਸਾਰਿਆਂ ਦਾ, ਵਧੀਆ ਐਤਕੀ ਮਦਦ ਕੀਤੀ ਹੈ ਪਿੰਡ ਨੇ ਅਤੇ ਕਿਸੇ ਦਾ ਪੱਖਪਾਤ ਨਹੀਂ ਹੋਊ ਬਈ, ਸਾਰਿਆਂ ਦਾ ਇੱਕੋ ਬਰਾਬਰ ਸਮਝ ਕੇ ਕਰਾਵਾਂਗੇ, ਨਾ ਕਿਸੇ ਨਾਲ ਧੱਕਾ ਹੋਊਗਾ। ਵਧੀਆ ਖਾਣ ਪੀਣ ਦਾ ਪ੍ਰਬੰਧ, ਲੰਗਰ ਪਿੰਡ ਦਾ ਸਾਰਾ ਬੈਠਣ ਦਾ, ਕੋਈ ਦਿੱਕਤ ਨਹੀਂ ਇੱਥੇ ਆਉਣ ਦੀ? ਕਈ ਵਾਰੀ ਖਾਣ ਪੀਣ ਦਾ ਪ੍ਰਬੰਧ? ਨਾ ਨਾ, ਪੂਰਾ ਵਧੀਆ ਕਰਿਆ ਬਈ। ਖਾਣ ਪੀਣ ਦਾ, ਰਹਿਣ ਸਹਿਣ ਦਾ ਸਾਰਾ ਕੁਝ ਤਿਆਰ ਆ ਸਾਡੇ ਕੋਲੇ।
ਵਧੀਆ ਕਰਾਵਾਂਗੇ ਵੀ ਜੜ ਕੇ ਆ ਨਾ ਕਿਸੇ ਟੀਮ ਨਾਲ ਧੱਕਾ ਹੋਊਗਾ ਵੀ ਬੈ ਨਿਰਪੱਖ ਕਰਾਵਾਂਗੇ ਸੰਪਰਕ ਨੰਬਰ ਦੇ ਦੋ ਕੋਈ ਵੀ ਕਿਸੇ ਨੂੰ ਸੰਪਰਕ ਕਰਨਾ ਖੜਾਰੀ ਨਾਲ ਸੰਪਰਕ ਹੈਗਾ ਜੀ 198768 5588 97703 6595 ਤੇ ਬਾਕੀ ਟੀਮਾਂ ਜਿਹੜੇ 90 ਦੀ ਆ ਰਹੀਆਂ ਨੇ ਬਈ ਉਹਨਾਂ ਨੂੰ ਆਪਾਂ ਕਰਾਇਆ ਵੀ ਦੇ ਰਿਹਾ ਥੋੜਾ ਬਹੁਤਾ ਜਿਹਾ ਆਪਾਂ ਤੋਂ ਹੁੰਦਾਗਾ ਤੇ ਵਧੀਆ ਟੀਮਾਂ ਹੀ ਆਉਣਗੀਆਂ ਬਾਕੀ ਜਿਹਨੇ ਆਉਣਾ ਕੋਈ ਚੱਕਰ ਨਹੀਂ ਆਪਾਂ ਕਰਾਇਆ ਦੇ ਦਾਂਗੇ ਤੁਹਾਨੂੰ ਦੇਖ ਕੇ ਆ ਸਕਦੇ ਤੇ ਸਾਡੇ ਵੱਲੋਂ ਖੇਡ ਪ੍ਰੇਮੀਆਂ ਦੇ ਖਿਡਾਰੀਆਂ ਨੂੰ ਸਾਰਿਆਂ ਨੂੰ ਖੁੱਲਾ ਸੱਦਾ ਹਮਹਮਾ ਕੇ ਪਹੁੰਚਣ ਪੂਰਾ ਵਧੀਆ ਪ੍ਰਬੰਧ ਕਰਾਂਗੇ ਬੈਠਣ ਉੱਠਣ ਦਾ ਵੀ ਆਓ ਮੇਲੇ ਦੀ ਆ ਕੇ ਰੌਣਕ ਵਧਾਓ ਠੀਕ ਆਪ ਤੋਂ ਪਹਿਲਾਂ ਸਾਰਿਆਂ ਨੂੰ ਫਤਿਹ ਬੁਲਾਉਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਗੜੱਦੀ ਵੱਲੋਂ ਸਾਡੇ ਕਲੱਬ ਯੂਥ ਫੈਡਰੇਸ਼ਨ ਕਲੱਬ ਗੜੱਦੀ ਵੱਲੋਂ 24 ਅਤੇ 25 ਮਾਰਚ ਨੂੰ ਕਬੱਡੀ ਦੇ ਟੂਰਨਾਮੈਂਟ ਕਰਾਏ ਜਾ ਰਹੇ ਨੇ ਜਿਸ ਵਿੱਚ ਮਾਲਵੇ ਦੀਆਂ ਦੁਆਬੇ ਦੀਆਂ ਟੀਮਾਂ ਵੱਧ ਚੜ੍ਹ ਕੇ ਹਿੱਸਾ ਲੈਣਗੀਆਂ ਖੇਡ ਪ੍ਰੇਮੀਆਂ ਨੂੰ ਬੇਨਤੀ ਹੈ ਕਿ ਨਾਲੇ ਦੇਖਣ ਆਓ ਨਾਲੇ ਟੀਮਾਂ ਨੂੰ ਬੇਨਤੀ ਹੈ ਕਿ ਸੰਚਾਰੂ ਢੰਗ ਨਾਲ ਆਪਦਾ ਖੇਡ ਦਾ ਪ੍ਰਦਰਸ਼ਨ ਕਰੋ ਤਾਂ ਜੋ ਨਸ਼ਿਆਂ ਤੋਂ ਰਹਿਤ ਇਹ ਟੂਰਨਾਮੈਂਟ ਕਰਾਏ ਜਾ ਸਕਣ ਨਾਲ ਹੀ ਪਿੰਡ ਦਾ ਇਹ ਬਹੁਤ ਵੱਡਾ ਸਹਿਯੋਗ ਆ ਪੰਚਾਇਤ ਦਾ ਕਲੱਬ ਦੇ ਵੀਰਾਂ ਦਾ ਜੋ ਜਿਨ੍ਹਾਂ ਨੇ ਇਹ ਉਪਰਾਲਾ ਕਰਿਆ ਸੋ ਬੇਨਤੀ ਹੈ ਕਿ ਸਾਰਿਆਂ ਵੱਲੋਂ ਵੀ ਵੱਧ ਤੋਂ ਵੱਧ ਪਹੁੰਚੋ ਅਤੇ ਟੂਰਨਾਮੈਂਟ ਦਾ ਆਨੰਦ ਮਾਣੋ ਅਤੇ ਲੰਗਰ ਦਾ ਅਟੁੱਟ ਪ੍ਰਬੰਧ ਹੈ ਇੱਥੇ ਧੰਨਵਾਦ ਜੀ